ਸੀ ਦਫ਼ਤਰ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ, ਜਿਹਦੇ ਕਲਮ ਸੋਧ ਹੜਤਾਲ ਕੀਤੀ ਗਈ ਆ, ਉਹਨਾਂ ਵਿੱਚ ਆਓ ਉਹਨਾਂ ਮੁਲਾਜ਼ਮਾਂ ਨਾਲ ਤੁਹਾਡੀ ਕਰਾਉਂਦੇ ਹਾਂ ਗੱਲਬਾਤ। ਧੱਕੇ ਸ਼ਾਹੀ ਨਹੀਂ ਚਲੇਗੀ, ਮੁਲਾਜ਼ਮ ਏਕਤਾ ਜ਼ਿੰਦਾਬਾਦ, ਪੈਨਸ਼ਨਰ ਮੁਲਾਜ਼ਮ ਏਕਤਾ ਜ਼ਿੰਦਾਬਾਦ, ਵਿੱਤ ਮੰਤਰੀ ਹਾਏ ਹਾਏ, ਮੰਗਾ ਨੀ ਮੰਨਦਾ ਹਾਏ ਹਾਏ, ਲੁੱਟ ਕੇ ਖਾ ਗਿਆ ਹਾਏ ਹਾਏ। ਰਾਜਵੀਰ ਬੜੋਖਾਂ, ਜ਼ਿਲ੍ਹਾ ਜਨਰਲ ਸਕੱਤਰ PSMSU। ਸੋ ਸਾਰੇ ਪੰਜਾਬ ਨੂੰ ਪਤਾ, ਸਾਰੇ ਲੀਡਰਾਂ ਨੂੰ ਪਤਾ ਕਿ ਜਿਹੜਾ ਕਲੈਰੀਕਲ ਕੇਡਰ ਹੈ ਉਹ ਪਿਛਲੇ 22 ਜੂਨ ਤੋਂ ਹੜਤਾਲ 'ਤੇ ਚੱਲ ਰਿਹਾ। ਸੋ ਕੈਪਟਨ ਸਾਹਿਬ, ਵਿੱਤ ਮੰਤਰੀ ਸਾਹਿਬ, ਅਸੀਂ ਤੁਹਾਨੂੰ ਇਹ ਅਪੀਲ ਕਰਦੇ ਹਾਂ ਕਿ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਕੀਤੇ ਹੋਏ ਵਾਅਦੇ ਨੇ ਜਿਹੜੇ, ਉਹਨਾਂ ਨੂੰ ਵਫਾ ਕਰੋ, ਕਿਉਂਕਿ ਅਗਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਸਮੁੱਚੇ ਰਾਜਨੀਤਿਕ ਲੀਡਰਾਂ ਤੋਂ, ਸਮੁੱਚੇ ਵਰਗਾਂ ਦਾ ਵਿਸ਼ਵਾਸ ਉੱਠ ਜਾਣਾ। ਤੁਸੀਂ ਸਾਡੇ ਨਾਲ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਕੀਤਾ ਸੀ, ਉਹਦੇ ਬਾਰੇ ਤੁਸੀਂ ਵਾਅਦਾ ਤਾਂ ਕੀ ਪੂਰਾ ਕਰਨਾ ਸੀ, ਸਾਡੇ ਨਾਲ ਗੱਲ ਵੀ ਨਹੀਂ ਕੀਤੀ। ਅਤੇ ਪੇ ਕਮਿਸ਼ਨ ਤੁਸੀਂ ਕਹਿੰਦੇ ਸੀ ਸਰਕਾਰ ਬਣਨ ਤੋਂ 100 ਦਿਨਾਂ ਦੇ ਵਿੱਚ ਦਿੱਤਾ ਜਾਊਗਾ, ਉਹ ਅੱਜ 4.5 ਸਾਲਾਂ ਬਾਅਦ ਸਾਨੂੰ ਨਸੀਬ ਹੋ ਰਿਹਾ, ਅਤੇ ਉਹ ਵੀ ਅਜਿਹੇ। ਦੇਖੋ ਜੀ, ਸਾਡਾ ਬਸ ਇੰਨੀ ਕੁ ਮੰਗ ਹੈ ਵੀ ਜਿਹੜੀ ਪੇ ਕਮਿਸ਼ਨ ਸਰਕਾਰ ਨੇ ਹੁਣ ਲਾਗੂ ਕੀਤੀਆਂ ਨੇ, ਸਾਡੀ ਸਿਰਫ ਇਹੀ ਮੰਗ ਹੈ ਵੀ ਉਹ ਵਾਪਸ ਲਿੱਤੀ ਜਾਵੇ, ਕਿਉਂਕਿ ਉਹਦੇ ਵਿੱਚ ਸਾਨੂੰ ਜਿਹੜਾ ਮੁਲਾਜ਼ਮ ਹਿੱਤਾ ਹੈ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ। ਸਰਕਾਰ ਨੂੰ ਵੀ ਸਾਰਾ ਕੁਝ ਪਤਾ ਹੈ, ਪਰ ਉਹ ਜਾਣ ਬੁੱਝ ਕੇ ਸਾਨੂੰ ਉਲਝੇਵਿਆਂ 'ਚ ਸਮਝਾ ਰਹੀ ਹੈ ਵੀ ਤੁਹਾਨੂੰ ਬਹੁਤ ਫਾਇਦਾ ਹੋਊਗਾ ਜਾਂ ਕੁਛ ਵੀ ਹੋਊਗਾ, ਪਰ ਪਤਾ ਸਰਕਾਰ ਨੂੰ ਵੀ ਹੈ, ਪਰ ਫਿਰ ਵੀ ਮਤਲਬ ਸਾਡੇ ਨਾਲ ਠੱਗੀ ਵੱਜ ਰਹੀ ਹੈ ਇਹ ਚੀਜ਼। ਸਾਡੀ ਇਹ ਹੜਤਾਲ ਇਸੇ ਕਰਕੇ ਹੈ। ਜੇ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਤੁਹਾਡਾ ਅੱਗੇ ਸੰਘਰਸ਼ ਕੀ? ਸਾਡਾ ਦੇਖੋ ਜੀ, ਸਾਡੀ ਸੂਬਾ ਕਮੇਟੀ ਜਿੱਦਾਂ ਸਾਨੂੰ ਅੱਗੇ ਹਦਾਇਤ ਦਊਗੀ ਉਸੇ ਤਰ੍ਹਾਂ ਫਿਰ ਸਾਡਾ ਅੱਗੇ ਜੰਗ ਜਾਰੀ ਰਹੇਗੀ। ਅਤੇ ਜੇ ਸਰਕਾਰ ਸਾਡੀ ਗੱਲ ਮੰਨ ਲੈਂਦੀ ਹੈ, ਸਾਡਾ ਕੋਈ ਸਰਕਾਰ ਨਾਲ ਵੈਰ ਨਹੀਂ, ਪਰ ਜੇ ਉਹ ਸਾਡੀ ਗੱਲ ਇਹ ਮੰਨਦੀ ਹੈ, ਕਮ ਸੇ ਕਮ ਸੁਣੇ ਤਾਂ ਸੀ ਕੁਛ ਸਾਨੂੰ, ਮਤਲਬ ਬਿਲਕੁਲ ਹੀ ਉਹਨੇ ਤਾਂ ਗੇਟ ਬੰਦ ਕੀਤੇ ਹੋਏ ਨੇ, ਉਹਨੇ ਤਾਂ ਮਤਲਬ ਜਮੀ ਜਿਵੇਂ ਕੰਨ 'ਤੇ ਜੂਨ ਹੀ ਸਰਕਣੀ, ਇਸ ਹਿਸਾਬ ਨਾਲ ਉਹਨੇ ਆਪਦਾ ਰਵੱਈਆ ਰੱਖਿਆ ਹੋਇਆ। ਤਾਂ ਇਸ ਕਰਕੇ ਸਾਡੀ ਤਾਂ ਸਿਰਫ ਇੰਨੀ ਹੈ ਵੀ ਸਾਡੀ ਪੁਕਾਰ ਜਾਂ ਸਾਡੀ ਜੋ ਵੀ ਅਸੀਂ ਅੱਜ ਦੇ ਟਾਈਮ ਇੰਨਾ ਦੁਖੀ ਹੋਏ ਹੋਏ ਹਾਂ, ਤਾਂ ਸਾਡੀ ਇਹ ਚੀਜ਼ ਨੂੰ ਸਰਕਾਰ ਸੁਣੇ ਤਾਂ ਕਿ ਸਾਡਾ ਕੋਈ ਹੱਲ ਕੀਤਾ ਜਾਵੇ। ਬਿਲਕੁਲ, ਆਮ ਪਬਲਿਕ 'ਤੇ ਕਾਫੀ ਹਰਾਸਮੈਂਟ ਹੁੰਦੀ ਹੈ, ਲੋਕ ਆਪਣੇ ਘਰਾਂ ਤੋਂ ਆਪਣੇ ਕੰਮ ਕਰਾਉਣ ਲਈ ਆਉਂਦੇ ਨੇ, ਪਰ ਸਾਡੇ ਇੱਥੇ ਆ ਕੇ ਕਹਿੰਦੇ ਨੇ ਵੀ ਸਟ੍ਰਾਈਕ ਆ, ਅਸੀਂ ਵੀ ਮੂਹਰੋਂ ਜਵਾਬ ਦਿੰਦੇ, ਦੇਖੋ ਜੀ ਅਸੀਂ ਸਟ੍ਰਾਈਕ 'ਤੇ ਬੈਠੇ ਹਾਂ, ਪਰ ਸਾਡੀ ਅਸੀਂ ਵੀ ਮਜਬੂਰ ਹਾਂ, ਸਾਨੂੰ ਵੀ ਬੜਾ ਦੁੱਖ ਹੁੰਦਾ, ਲੋਕ ਪਿੰਡਾਂ ਤੋਂ ਬੱਸਾਂ 'ਤੇ ਬੜੇ ਔਖੇ ਆਪਣੇ ਕੰਮਾਂ ਲਈ ਆਉਂਦੇ ਨੇ, ਪਰ ਅਸੀਂ ਮਜਬੂਰ ਹਾਂ ਜੀ। ਸਰਕਾਰ ਨੇ ਮੰਗਾਂ ਲੈ ਕੇ ਚੱਲਦੇ ਸਾਡੇ ਜੀ, ਮੰਗਾਂ ਤਾਂ ਅਸੀਂ ਕਾਫੀ ਦੇਰ ਤੋਂ, ਸਾਡੇ DA ਦੀਆਂ ਕਿਸ਼ਤਾਂ ਪਈਆਂ ਨੇ, ਸਾਡੀ ਨਵੀਂ ਪੈਨਸ਼ਨ ਸਕੀਮ 'ਚ ਬੱਚੇ ਜਿਹੜੇ ਭਰਤੀ ਹੋ ਰਹੇ ਉਹਨਾਂ ਦੀਆਂ ਨੇ, ਸਾਡੇ DA ਸਾਨੂੰ ਜੀ ਪਹਿਲਾਂ ਇਹੀ, ਜਦੋਂ ਵੀ ਅਸੀਂ ਸਟ੍ਰਾਈਕ ਕਰਦੇ ਸੀ ਸਾਨੂੰ ਇਹੀ ਲਾਰਿਆਂ 'ਚ ਰੱਖਿਆ ਜਾਂਦਾ ਵੀ ਤੁਹਾਨੂੰ 6ਵਾਂ ਪੇ ਕਮਿਸ਼ਨ ਦੇਵਾਂਗੇ, ਤੁਸੀਂ ਕੋਈ ਨਾ ਪੇ ਕਮਿਸ਼ਨ ਦੀ ਰਿਪੋਰਟ ਆ ਰਹੀ ਹੈ, ਤੁਸੀਂ ਕੋਈ ਗੱਲ ਨਹੀਂ, ਅਤੇ ਅਸੀਂ ਉਹ 'ਚ ਦੇਖਾਂਗੇ। ਕਮੇਟੀਆਂ ਬਣਾਈਆਂ ਨੇ ਅਤੇ ਸਾਡੇ ਲੀਡਰਾਂ ਨਾਲ, ਸੂਬੇ ਲੀਡਰ ਸਾਂਝੇ ਫਰੰਟ ਦੇ ਜਿਹੜੇ ਮਤਲਬ ਕਿ ਸਾਡੇ ਲੀਡਰ ਨੇ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰੀ ਹੈ, ਪਰ ਜੀ ਅਸੀਂ ਅਸੀਂ ਕਿਹਾ ਚਲੋ ਠੀਕ ਹੈ ਜਦੋਂ ਕੋਈ ਪੇ ਕਮਿਸ਼ਨ ਆਊਗੀ, ਪਰ ਸਾਡੇ ਜੀ ਉਹੀ ਉੱਠਦੇ ਬੁੱਲ ਵਾਲਾ ਲਟਕਣ ਵਾਲਾ ਕੰਮ, ਜਦੋਂ ਪੇ ਕਮਿਸ਼ਨ ਦੀ ਰਿਪੋਰਟ ਆਈ ਤਾਂ ਉਹਦੇ ਵਿੱਚ ਜਦੋਂ ਅਸੀਂ ਕੈਲਕੂਲੇਸ਼ਨਾਂ ਕਰਕੇ ਦੇਖੀਆਂ ਤਾਂ ਇਹ ਗੌਰਮੈਂਟ ਨੇ ਸਾਨੂੰ ਫਾਇਦਾ ਕਰਨ ਦੀ ਬਜਾਏ ਸਾਡਾ ਨੁਕਸਾਨ ਹੋ ਰਿਹਾ ਜੀ, ਸਾਨੂੰ ਬਿਲਕੁਲ ਹੀ ਨਹੀਂ ਫਾਇਦਾ ਹੋ ਰਿਹਾ, ਜੋ ਕਿ ਸਾਡਾ ਰਾਈਟ ਹੈ, ਜੋ ਕਿ ਸਾਡੇ ਸੀ ਸਾਡਾ ਰਾਈਟ ਹੈ ਇੱਕ ਮੁਲਾਜ਼ਮ ਦਾ। ਗੌਰਮੈਂਟ ਦੀ ਦੇਖੋ ਜੀ, ਇੱਕ ਸਰਕਾਰ ਦੀ ਕੜੀਆਂ ਸੀ, ਇੱਕ ਜਿਹੜੇ ਗੌਰਮੈਂਟ ਮੁਲਾਜ਼ਮ ਆ, ਜਿਹੜੀ ਗੌਰਮੈਂਟ ਦੀਆਂ ਪੋਲਸੀਆਂ ਲਾਗੂ ਹੁੰਦੀਆਂ ਨੇ, ਬਣਦੀਆਂ ਨੇ, ਉਸ ਨੀਚੇ ਕਲੈਰੀਕਲ ਲੈਵਲ ਤੋਂ ਫਾਈਲ ਜਾ ਕੇ ਤਾਂ ਉੱਪਰ ਸੈਕਟਰੀ ਸਾਹਿਬ ਤੱਕ ਅਤੇ ਮੰਤਰੀਆਂ ਸਾਹਿਬ ਤੱਕ ਪਾਸ ਹੁੰਦੀਆਂ ਨੇ, ਪਰ ਸਾਨੂੰ ਤਾਂ ਇਹ ਆਪਣੇ ਸਰਕਾਰ ਦਾ ਬੋਝ ਸਮਝਦੇ ਨੇ, ਆਪਣਾ ਹਿੱਸਾ ਸਮਝਣ ਦੀ ਬਜਾਏ। ਇਸ ਕਰਕੇ ਸਾਡਾ ਸਾਰੇ ਮੁਲਾਜ਼ਮਾਂ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਰੋਸ ਪਾਇਆ ਜਾ ਰਿਹਾ ਸਾਡਾ, ਅਸੀਂ ਬਿਲਕੁਲ ਅਸੀਂ ਆਪ ਵੀ ਦੁਖੀ ਹਾਂ ਕਿ ਪਬਲਿਕ ਨੂੰ ਹਰਾਸਮੈਂਟ ਹੋ ਰਹੀ ਹੈ, ਅਸੀਂ ਪਬਲਿਕ ਤੋਂ ਗਲਤੀ ਮੰਨਦੇ ਹਾਂ, ਪਰ ਅਸੀਂ ਸਰਕਾਰ 'ਤੇ ਪ੍ਰੈਸ਼ਰ ਬਣਾਉਣਾ ਚਾਹੁੰਦੇ ਹਾਂ ਵੀ ਪਬਲਿਕ ਹੈ ਜਿਹੜੀ ਉਹ ਸਰਕਾਰ ਤੱਕ ਆਵਾਜ਼ ਪਹੁੰਚਾਵੇ ਵੀ ਮੁਲਾਜ਼ਮ ਵਰਗ ਦੁਖੀ ਹੈ। ਅਤੇ ਵੀ ਇਸ ਕਰਕੇ ਸਾਡੇ ਜੀ DA ਦੀ ਜਿਹੜੀਆਂ ਪੁਰਾਣੀਆਂ ਕਿਸ਼ਤਾਂ ਨੇ ਉਹਦੇ ਏਰੀਅਰ ਪਏ ਨੇ, ਪਿਛਲੇ ਨਹੀਂ ਦਿੱਤੇ ਹੈਗੇ ਸਾਨੂੰ।